ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਦੇਖ ਰਹੇ ਹੋ ਜੀ। ਅਸੀਂ ਤਕਰੀਬਨ 1 ਈਅਰ ਅਗੋ ਤੁਹਾਨੂੰ ਇੱਥੋਂ ਸੇਮ ਜਗ੍ਹਾ ਤੋਂ ਰਿਪੋਰਟ ਦਿਖਾਈ ਸੀ, ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ ਦੇ ਬਾਰੇ 'ਚ ਅਸੀਂ ਗੱਲ ਕੀਤੀ ਸੀ ਕਿ ਜਿੱਥੇ ਚਰਚਾ ਚੱਲ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਦੀ, ਉੱਥੇ ਹੀ ਲੈ ਕੇ ਇਸ ਰੇਲਵੇ ਟਰੈਕ ਨੂੰ ਵੀ ਲੈ ਕੇ ਜਿਹੜਾ ਅਸੀਂ ਇੱਕ ਰਿਪੋਰਟ ਕੀਤੀ ਸੀ। ਪਾਕਿਸਤਾਨ ਦੇ ਵਿੱਚ ਕਹਿ ਲਵੋ ਤੁਸੀਂ ਕਿ ਰੇਡੀਓ ਸਾਡੇ ਵਾਲਾ ਦੁਨੀਆ ਦੇ ਵਿੱਚ ਪਹਿਲਾ ਰੇਡੀਓ ਸੀ ਜਾਂ ਮੀਡੀਆ ਟੀਮ ਸੀ ਜਿਨ੍ਹਾਂ ਨੇ ਇਸ ਸਟੇਸ਼ਨ ਦੇ ਬਾਰੇ ਚਰਚਾ ਕੀਤੀ ਸੀ। ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਵਫਾਕੀ ਵਜ਼ੀਰੇ ਰੇਲਵੇ ਨੇ ਸ਼ੇਖ ਰਸ਼ੀਦ ਸਾਹਿਬ ਨੇ, ਉਹਨਾਂ ਨੇ ਵੀ ਇੱਕ ਫੈਸਲਾ ਲਿਆ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਕਿ ਇਹਦੀ ਚਰਚਾ ਹੋਈ ਅਤੇ ਬਕਾਇਦਾ ਤੌਰ 'ਤੇ ਉਹ ਇੱਥੇ ਆਏ ਔਰ ਉਹਨਾਂ ਨੇ ਕਿਹਾ ਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਮੁਕੰਮਲ ਹੋ ਜਾਏਗਾ ਅਤੇ ਉਸ ਤੋਂ ਬਾਅਦ ਅਸੀਂ ਇਹ ਰੇਲਵੇ ਟਰੈਕ ਨੂੰ ਦੁਬਾਰਾ ਤੋਂ ਆਪਰੇਟ ਕਰਾਂਗੇ, ਦੁਬਾਰਾ ਤੋਂ ਅਸੀਂ ਸਹੀ ਕਰਾਂਗੇ, ਇਹਦੇ 'ਤੇ ਵਰਕਿੰਗ ਹੋਏਗੀ ਔਰ ਯਾਤਰੀਆਂ ਵਾਸਤੇ ਜਿਸ ਤਰ੍ਹਾਂ ਕਿ ਪਹਿਲੇ ਯਾਤਰੀ ਆਉਂਦੇ ਨੇ ਉੱਥੋਂ ਵਾਹਗਾ ਤੋਂ ਲਾਹੌਰ ਔਰ ਲਾਹੌਰ ਤੋਂ ਨਾਰੋਵਾਲ ਔਰ ਨਾਰੋਵਾਲ ਤੋਂ ਇੱਥੇ ਆਉਣ ਕਰਨਗੇ ਅਤੇ ਜਿੱਥੇ ਜਿੱਥੇ ਵੀ ਸਿੱਖ ਪਿਲੀਗ੍ਰੇਮੇਜ ਹੈ ਉੱਥੇ ਉੱਥੇ ਜਿੱਥੇ ਜਿੱਥੇ ਰੇਲਵੇ ਸਟੇਸ਼ਨਸ ਮੌਜੂਦ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ ਔਰ ਸੰਗਤ ਦੀ ਸਟੈਂਡਰਡ ਦੇ ਮੁਤਾਬਕ ਰੱਖਿਆ ਜਾਏਗਾ ਔਰ ਕਾਰ ਸੇਵਾ ਜਿਹੜੀ ਹੈ ਉਹਨਾਂ ਜਗ੍ਹਾ ਦੀ ਦੁਬਾਰਾ ਤੋਂ ਹੋਏਗੀ, ਕਿਉਂਕਿ ਇਸ ਟਰੈਕ ਦੀ ਪ੍ਰੋਫਿਟ ਜਿਹੜੀ ਸੀ ਨਾ ਹੋਣ ਦੇ ਬਰਾਬਰ ਸੀ, ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਸੀ। ਇਸ ਵਾਸਤੇ ਇੱਥੇ ਲਾਹੌਰ ਤੋਂ ਜਿਹੜਾ ਚੱਕਮਰੂ ਟਰੈਕ ਹੈ ਉਹਦੀ ਜਿਹੜੀਆਂ ਟ੍ਰੇਨਾਂ ਸਨ ਉਹ ਬੰਦ ਕਰ ਦਿੱਤੀਆਂ ਗਈਆਂ। ਕਦੀ ਸੰਗਤਾਂ ਜਿਹੜੀਆਂ ਸਨ ਦਰਬਾਰ ਸਾਹਿਬ ਕਰਤਾਰਪੁਰ ਦਰਸ਼ਨ ਕਰਨ ਵਾਸਤੇ ਇਸ ਜਗ੍ਹਾ ਤੋਂ ਆਉਂਦੀਆਂ ਸਨ, ਅਗਰ ਇੱਧਰੋਂ ਤੁਸੀਂ ਦੇਖੋ ਤਾਂ ਇੱਧਰ ਜੱਸੜ ਹੈ, ਜੱਸੜ ਤੋਂ ਆ ਕੇ ਇੱਕ ਇੰਟਰਚੇਂਜ ਪੈਂਦਾ ਸੀ ਔਰ ਜੱਸੜ ਤੋਂ ਆ ਕੇ ਇੱਕ ਇੰਟਰਚੇਂਜ ਪੈਂਦਾ ਸੀ ਔਰ ਉੱਥੋਂ ਇਹ ਜਿਹੜੀਆਂ ਸੀ ਟਰੈਕ ਜਿਹੜਾ ਸੀ ਉਹ ਚੇਂਜ ਹੋ ਜਾਂਦਾ ਸੀ ਦਰਬਾਰ ਸਾਹਿਬ ਕਰਤਾਰਪੁਰ ਵਾਸਤੇ ਅਲੱਗ ਔਰ ਜਿਹੜਾ ਸੀ ਆਪਣਾ ਚੱਕਮਰੂ ਵਾਲਾ ਔਰ ਲਾਹੌਰ ਵਾਲਾ ਟਰੈਕ ਜਿਹੜਾ ਉਹ ਅਲੱਗ ਹੋ ਜਾਂਦਾ ਸੀ। ਅਤੇ ਇਹ ਜਿਹੜੀ ਖਸਤਾ ਹਾਲ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਦਰਬਾਰ ਸਾਹਿਬ ਕਰਤਾਰਪੁਰ ਦੀ ਹੈ, ਰੇਲਵੇ ਸਟੇਸ਼ਨ ਹੈ, ਜਦਕਿ ਪ੍ਰੀ ਪਾਰਟੀਸ਼ਨ 'ਤੇ ਰੇਲਵੇ ਸਟੇਸ਼ਨ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਬਣਿਆ ਹੈ। ਕੁਛ ਅਸਾਰਾਤ ਜਿਹੜੀਆਂ ਨੇ, ਕਿਉਂਕਿ ਮੈਂ ਪਹਿਲੀ ਵੀਡੀਓ ਦੇ ਵਿੱਚ ਆਪਣੇ ਤੁਹਾਨੂੰ ਮੈਂ ਦੱਸ ਚੁੱਕਿਆ ਵਾਂ ਸਾਰਾ ਕੁਛ ਵੀ ਮੇਰਾ ਮੈਂ ਕਿਸ ਤਰੀਕੇ ਨਾਲ ਇਸ ਰੇਲਵੇ ਸਟੇਸ਼ਨ ਨੂੰ ਜ਼ਿਆਦਾ ਜਾਣਨਾ ਵਾਂ ਜਾਂ ਇਸ ਧਰਤੀ ਨੂੰ ਜ਼ਿਆਦਾ ਜਾਣਨਾ ਵਾਂ, ਕਿਉਂਕਿ ਮੇਰੇ ਪੁਰਖਾਂ ਦੀ ਮਿੱਟੀ ਹੈ, ਮੇਰੇ ਪੁਰਖਾਂ ਦੀ ਧਰਤੀ ਹੈ, ਮੇਰੇ ਗ੍ਰੈਂਡ ਪੇਰੈਂਟਸ ਇੱਥੇ ਦੇ ਨੇ, ਮੇਰੀ ਸ਼ਾਦੀ ਇੱਥੇ ਹੋਈ ਹੈ ਔਰ ਇਸੇ ਲਈ ਮੈਨੂੰ ਦਰਬਾਰ ਸਾਹਿਬ ਕਰਤਾਰਪੁਰ ਦੇ ਮੁਤਲਕ ਜਿਹੜਾ ਕਾਫੀ ਜ਼ਿਆਦਾ ਸਾਰੀ ਇਨਫੋਰਮੇਸ਼ਨ ਹੈ। ਅਤੇ ਲੈਟਸ ਹੋਪ ਕਿ ਜਿੱਥੇ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਖੁੱਲ੍ਹ ਵੀ ਜਾਏਗਾ 2 ਮਹੀਨੇ ਤੱਕ, ਅਤੇ ਉਮੀਦ ਕਰਦੇ ਹਾਂ ਕੋਈ 5-6 ਮਹੀਨੇ ਦਾ ਵਕਫਾ ਪਾ ਕੇ, ਜਿਸ ਤਰ੍ਹਾਂ ਕਿ ਸਾਡੇ ਵਫਾਕੀ ਵਜ਼ੀਰ ਜਿਹੜੇ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਇਹਨੂੰ ਵੀ ਗੈਰ ਆਬਾਦ ਜਿਹੜਾ ਇਹਨੂੰ ਵੀ ਦੁਬਾਰਾ ਤੋਂ ਆਬਾਦ ਕੀਤਾ ਜਾਏਗਾ, ਅਤੇ ਬੜੀ ਖੁਸ਼ੀ ਦੀ ਗੱਲ ਹੈ। ਰਿਪੋਰਟ ਤਾਂ ਕਾਫੀ ਪੁਰਾਣੀ ਹੈ ਲੇਕਿਨ ਫਿਰ ਵੀ ਸਾਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਔਰ ਚੰਗਾ ਲੱਗਿਆ ਕਿ ਵੀ ਇਹ ਉਪਰਾਲਾ ਹੈ ਜਿੱਥੋਂ ਕਿ ਸੰਗਤਾਂ ਜਿਹੜੀਆਂ ਨੇ ਕਿ ਲਾਹੌਰ ਤੋਂ ਗੱਡੀ ਡਾਈਵਰਟ ਹੋ ਕੇ ਜਿਹੜੀ ਇਸ ਜਗ੍ਹਾ 'ਤੇ ਆਏ ਕਰੇਗੀ ਔਰ ਜਿਹੜੇ ਨਾਨਕ ਨਾਮ ਲੇਵਾਨ ਦੁਨੀਆ ਭਰ ਤੋਂ ਟ੍ਰੇਨ 'ਤੇ ਆਉਣਾ ਚਾਹਣਗੇ ਅਤੇ ਉਹ ਟ੍ਰੇਨ ਦੇ ਵੀ ਜਰਨੀ ਜਿਹੜੀ ਹੈ ਇੰਜੋਏ ਕਰ ਸਕਣਗੇ, ਕਿਉਂਕਿ ਪਹਿਲੇ ਬੱਸ 'ਤੇ ਆਉਣਗੇ, ਪਹਿਲੇ ਬੱਸ 'ਤੇ ਆਉਂਦੇ ਨੇ ਜਾਂ ਔਨ ਰੈਂਟ ਏ ਕਾਰ ਦੇ ਆਉਂਦੇ ਨੇ, ਅਤੇ ਹੁਣ ਜਦੋਂ ਇਹ ਰੇਲਵੇ ਟਰੈਕ ਦੁਬਾਰਾ ਤੋਂ ਬਹਾਲ ਹੋਏਗਾ ਅਤੇ ਉਸ ਵੇਲੇ ਜਨਾਬੇ ਲਈ ਸੰਗਤਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਅਤੇ ਇੱਥੋਂ ਆ ਕੇ ਗੱਡੀ ਜਿਹੜੀ ਹੈ ਉਹ ਚੇਂਜ ਕਰਕੇ ਜਾਣਗੇ। ਇੱਥੋਂ ਹਾਰਡਲੀ ਸਿਰਫ 2.5 ਕਿਲੋਮੀਟਰ ਦਾ ਫਾਸਲਾ ਜਿਹੜਾ ਦਰਬਾਰ ਸਾਹਿਬ ਕਰਤਾਰਪੁਰ ਦਾ ਹੈ ਔਰ ਮੈਂ ਕਹਾਂਗਾ ਕਿ ਫਿਰ ਇੱਕ ਵਾਰੀ ਰੇਡੀਓ ਸਾਡੇ ਵਾਲਾ ਦੀ ਟੀਮ ਜਿਹੜੀ ਹੈ ਉਹ ਪੇਸ਼ ਸਾਹਮਣੇ ਹੋਈ ਕਿ ਇਸ ਜਿਹੜਾ ਰੇਲਵੇ ਸਟੇਸ਼ਨ ਹੈ ਉਹਨੂੰ ਜਿਹੜਾ ਗੌਰਮੈਂਟ ਆਫ ਪਾਕਿਸਤਾਨ ਨੇ ਕਿਹਾ ਕਿ ਅਸੀਂ ਉਹਨੂੰ ਰੈਨੋਵੇਟ ਕਰਕੇ ਖੋਲ੍ਹਾਂਗੇ, ਅਤੇ ਇਹ ਬਹੁਤ ਚੰਗੀ ਗੱਲ ਹੈ, ਬਹੁਤ ਅੱਛੀ ਗੱਲ ਹੈ ਔਰ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਮਿਲ ਜਾਏਗੀ ਚੱਕਮਰੋ ਤੱਕ, ਸ਼ਕਰਗੜ੍ਹ ਤੱਕ, ਨੂਰਕੋਟ ਤੱਕ, ਬਸਤਾਨ ਅਫਗਾਨਾ ਤੱਕ, ਯਾਨੀ ਕਿ ਰਸਾਈ ਹੈ ਜਿਹੜੇ ਟਰੈਕ ਨੇ ਇਹਨਾਂ ਦੇ ਉੱਤੇ ਜਿਹੜੇ ਰੇਲਵੇ ਸਟੇਸ਼ਨਸ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ ਔਰ ਕਰਤਾਰਪੁਰ ਕੋਰੀਡੋਰ। ਅੱਜ ਅਸੀਂ ਸਾਰਾ ਦਿਨ ਤੁਹਾਨੂੰ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਦੇ ਉੱਤੇ ਲੈ ਕੇ ਗਏ, ਉੱਥੇ ਕੀ ਚੱਲ ਰਿਹਾ ਸੀ, ਉੱਥੇ ਕੀ ਹੋ ਰਿਹਾ, ਪਲਾਂਟੇਸ਼ਨ ਕਿਵੇਂ ਹੋਏਗੀ, ਟਰੈਕ ਕਿਸ ਤਰ੍ਹਾਂ ਬਣ ਰਹੇ ਨੇ, ਉੱਥੇ ਮਾਰਬਲ ਕਿਸ ਤਰ੍ਹਾਂ ਲੱਗ ਰਿਹਾ, ਉੱਥੇ ਬਿਲਡਿੰਗ ਕਿਸ ਤਰ੍ਹਾਂ ਹੋਏਗੀ, ਸਰੋਵਰ ਕਿਸ ਪਾਸੇ ਹੋਏਗਾ, ਬਾਕੀ ਚੀਜ਼ਾਂ ਕਿਸ ਤਰ੍ਹਾਂ ਹੋਣਗੀਆਂ, ਅਸੀਂ ਸਾਰਾ ਕੁਝ ਤੁਹਾਨੂੰ ਜਿਹੜਾ ਉਹ ਉੱਥੇ ਦਿਖਾਇਆ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰੇਡੀਓ ਸਾਡੇ ਵਾਲਾ ਦਾ ਉਪਰਾਲਾ ਜਿਹੜਾ ਬਹੁਤ ਵਧੀਆ ਲੱਗਾ ਹੋਏਗਾ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਨਾਲ ਦੀ ਨਾਲ ਅੱਗੇ ਸ਼ੇਅਰ ਕਰੋਗੇ। ਬਟ ਆਲ ਰਾਈਟ,
ਸਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡੇ ਵਾਲਾ ਔਰ ਕੁਛ ਦੋਸਤਾਂ ਨੇ ਮੇਰੀ ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀ ਕਿ ਤੁਸੀਂ ਰਾਈਟਸ ਦੀ ਗੱਲ ਕਰਦੇ ਹੋ ਜੀ ਬਿਲਕੁਲ ਜੀ ਮੈਂ ਜਦੋਂ ਵੀ ਕਿਸੇ ਜਗ੍ਹਾ ਦੇ ਉੱਤੇ ਜਾਣਾ ਵਾਂ ਤਾਂ ਬਕਾਇਦਾ ਤੌਰ ਦੇ ਉੱਤੇ ਪਹਿਲੇ ਸਰਕਾਰੀ ਪਰਮਿਸ਼ਨ ਲੈ ਕੇ ਫਿਰ ਹੀ ਕੰਮ ਕਰਨ ਲਈ ਜਾਣਾ ਵਾਂ ਕਿ ਮੈਂ ਚੋਰੀ ਰਿਕਾਰਡਿੰਗ ਕਦੀ ਨਹੀਂ ਕੀਤੀ ਸੋ ਇਸ ਵਾਸਤੇ ਜਿਹੜੀ ਤੁਸੀਂ ਟਿੱਪਣੀ ਜਾਂ ਚੁਗਲੀ ਜਾਂ ਕੋਈ ਵੀ ਕਮੈਂਟ ਦੇ ਵਿੱਚ ਕਰਦੇ ਹੋ ਦੈਟਸ ਵੈਰੀ ਬੈਡ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਐਵੇਂ ਕੋਈ ਕਿਸੇ ਜਗ੍ਹਾ ਦੀ ਰਿਪੋਰਟਿੰਗ ਨਹੀਂ ਕਰ ਸਕਦਾ ਫਿਰ ਅਗੇਨ ਮੈਂ ਤੁਹਾਨੂੰ ਇੱਕ ਵਾਰੀ ਕਹਾਂ ਕਿ ਰੱਬ ਰੱਖਾ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ